ਡਰਾਵੇ ਜੇਲ੍ਹ ਸਿੱਟਣ ਦੀਆਂ ਡਾਂਗਾਂ ਲੈ ਲੈ ਵੀ ਆਉਣਗੇ। ਜੀਰੇ ਨਹੀਂ ਦੇਖਿਆ ਆਪਾਂ ਜੀਰੇ ਕਿਵੇਂ 30,000 ਪੁਲਿਸ ਲਾਤੀ ਸੀ ਇਹਨਾਂ ਨੇ, ਚੱਕ ਲੈਣਾ ਅੱਜ ਚੱਕ ਲਾਂਗੇ ਰਾਤ ਨੂੰ ਚੱਕ ਲਾਂਗੇ, ਬੜਾ ਕੁਛ ਚੱਲਿਆ ਹੈ ਨਾ, ਬੰਦਿਆਂ ਦੇ ਪਰਚੇ ਵੀ ਦਿੱਤੇ, ਜੇਲ੍ਹ ਵੀ ਚੱਕ ਕੇ ਸਿੱਟੇ, ਅਤੇ ਉਦੋਂ ਬਾਅਦ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ ਦੀਆਂ ਚੱਕ ਕੇ ਰਜਿਸਟਰੀਆਂ ਹਾਈ ਕੋਰਟ ਨੂੰ ਵੀ ਦਿੱਤੀਆਂ, ਬੜਾ ਕੁਛ ਕਰਨਗੇ। ਪਰ ਅਸੀਂ ਲੜਾਈ ਲੜ ਰਹੇ ਹਾਂ ਪੰਜਾਬ ਦੀ ਜੀਵਨ ਧਾਰਾ ਦੀ, ਇਹ ਪਾਣੀ ਨਹੀਂ ਪੰਜਾਬ ਦਾ ਖੂਨ ਜਾ ਰਿਹਾ, ਰੁੱਗ ਭਰ ਜਾਂਦਾ ਕਾਲਜ ਜਦੋਂ ਐਂ ਲਗਾਤਾਰ ਕਿੰਨਾ ਪਾਣੀ ਜਾ ਰਿਹਾ ਸਾਡਾ, ਡੇਢ ਦਰਿਆ ਪਾ ਕੇ ਨਹਿਰ 'ਚ ਲੈ ਗਏ ਯਾਰ 85 ਲੱਖ ਕਿੱਲੇ ਨੂੰ ਦੇ ਅੰਦਰ, ਜੇ ਆਪਾਂ ਇੱਕ ਇੱਕ ਫੁੱਟ ਪਾਣੀ ਖੜਾ ਕਰ ਦਈਏ ਇੰਨਾ ਪਾਣੀ ਜਾ ਰਿਹਾ ਸਾਡਾ। ਅਤੇ ਸਾਡੇ ਕੋਲ ਅਸੀਂ ਗਏ ਹਾਂ ਮਾਨਸਾ ਸੁਨਾਮ ਸੰਗਰੂਰ ਬਰਨਾਲੇ ਦੇ ਪਿੰਡਾਂ 'ਚ, ਉਹ ਕਹਿੰਦੇ ਸਾਡੇ ਹਜ਼ਾਰ ਹਜ਼ਾਰ ਫੁੱਟ ਡੂੰਘੇ ਬੋਰ ਚਲੇ ਗਏ, ਲਗਾਤਾਰ 10 ਘੰਟੇ ਮੋਟਰ ਚੱਲ ਜੇ ਤਾਂ ਪਾਣੀ ਛੱਡ ਜਾਂਦੀ ਹੈ। ਅੱਜ ਅਸੀਂ 20-25% ਪਾਣੀ ਲਾਉਂਦੇ ਹਾਂ ਨਹਿਰੀ, ਉਦੋਂ ਹੀ ਐਡੀਆਂ ਵੱਡੀਆਂ ਕਿੱਲਤਾਂ ਆ ਰਹੀਆਂ ਨੇ, ਲੋਕ ਲੜਾਈ ਕਰ ਰਹੇ ਵੀ ਪਾਣੀ ਸਾਡਾ ਪਾਣੀ ਸਾਡਾ, ਧਰਤੀ ਹੇਠਾਂ 15 ਸਾਲ ਦਾ ਪਾਣੀ ਬਚਿਆ, ਜਦੋਂ ਇਹ ਪਾਣੀ ਮੁੱਕੂਗਾ ਧਰਤੀ ਦੇ ਨਹਿਰੀ ਪਾਣੀ ਦੀ ਮੰਗ ਵਧੂਗੀ, ਤਾਂ ਸਾਡੇ ਕੋਲ 20 ਪਿੰਡਾਂ ਨੂੰ ਪਾਣੀ ਦੇਣ ਨੂੰ ਤਾਂ ਇਹ ਨਹੀਂ ਪੂਰਾ, ਅਤੇ 13,000 ਪਿੰਡ ਨੂੰ ਪਾਣੀ ਕਿਵੇਂ ਦੇ ਦਿਆਂਗੇ।